ਜਾਂ ਜਿਹੜਾ ਗਲਤੀ ਕਰ ਰਿਹਾ ਨੋਟਿਸ ਨਹੀਂ ਜਾਊਗਾ, ਕੱਢ ਕੇ ਬਾਹਰ ਮਾਰਾਂਗੇ। ਜਿਹਨੇ ਆਪਦਾ ਕੰਮ ਚਲਾਉਣਾ ਉਹ ਕੱਲਾ ਬਿਨੇ ਪੰਜੇ ਦਾ ਨਿਸ਼ਾਨ ਲਾ ਕੇ ਚਲਾ ਲੇ। ਯਾਰ ਫੈਸਲਾ ਕੋਈ ਰਹਿ ਗਿਆ ਪਰਨੀਤ ਕੌਰ ਜੀ ਨੂੰ ਸਸਪੈਂਡ ਕੀਤਾ ਪਿਆ? ਤੁਸੀਂ ਜੋ ਪੁੱਛਣਾ ਚਾਹੁੰਦੇ ਹੋ, ਪਰਨੀਤ ਕੌਰ ਜੀ ਪਟਿਆਲਾ ਦੀ ਉਮੀਦਵਾਰ ਨਹੀਂ ਹੋਣ। ਇਹਦੇ ਵਿੱਚ ਤਮਾਮ ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਪਹਿਲੀ ਕਤਾਰ ਦੇ ਵਰਕਰ ਸਾਥੀ ਨੇ ਉਹ ਅੱਜ ਇੱਥੇ ਪਹੁੰਚੇ ਨੇ। ਖੁੱਲੀ ਚਰਚਾ ਇਹਦੇ ਤੇ, ਆਪਣਾ ਆਪਣਾ ਵਿਚਾਰ ਰੱਖਣਗੇ, ਉਸ ਤੋਂ ਬਾਅਦ ਦਿਸ਼ਾ ਨਿਰਦੇਸ਼ ਸਾਡੇ ਜਿਹੜੇ ਇੰਚਾਰਜ ਹੈ ਉਹ ਦੇਣਗੇ ਕਿ ਆਉਣ ਵਾਲੇ ਸਮੇਂ 'ਚ ਅਸੀਂ ਕਿਸ ਪ੍ਰਕਾਰ ਅਸੀਂ ਲੋਕ ਸਭਾ ਦੀਆਂ ਚੋਣਾਂ ਦੀ ਤਿਆਰੀ ਕਰਨੀ ਹੈ ਔਰ ਕਿਸ ਪ੍ਰਕਾਰ ਅਸੀਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ। ਸੋ ਇਹ ਦੋ ਲੋਕ ਸਭਾ ਦੀ ਅੱਜ ਮੀਟਿੰਗ ਹੈ, ਇਸ ਤੋਂ ਬਾਅਦ ਸੰਗਰੂਰ ਰੱਖੀ ਹੈ, ਫਿਰ ਕੱਲ੍ਹ ਨੂੰ ਜਲੰਧਰ ਅਤੇ ਹੁਸ਼ਿਆਰਪੁਰ ਹੈ, ਫਿਰ ਪਰਸੋਂ ਅਨੰਦਪੁਰ ਸਾਹਿਬ ਅਤੇ ਰੋਪੜ ਹੈ। 6 ਲੋਕ ਸਭਾ ਇਸੇ ਤਰ੍ਹਾਂ ਅਸੀਂ ਕਰ ਰਹੇ ਹਾਂ। ਸੋ ਲੋਕਾਂ ਦੀ ਗੱਲਬਾਤ ਪਤਾ ਲੱਗੇਗੀ। ਨਿਚਲੇ ਸਤਰ ਦਾ ਜਿਹੜਾ ਪਹਿਲੀ ਕਤਾਰ ਦਾ ਵਰਕਰ ਹੈ ਉਹ ਆਲ ਇੰਡੀਆ ਜਿਹੜਾ ਇੰਚਾਰਜ ਹੈ ਉਹਨੂੰ ਪਹਿਲੀ ਵਾਰੀ ਮਿਲੇਗਾ। ਯਾਰ ਮੇਰੀ ਤੁਹਾਨੂੰ ਬੇਨਤੀ ਹੈ, ਨਵਜੋਤ ਸਿੰਘ ਸਿੱਧੂ ਪਟਿਆਲੇ ਦੇ ਹੈ, ਅੰਮ੍ਰਿਤਸਰ ਦੇ, ਤੁਸੀਂ ਜੇ ਅੰਮ੍ਰਿਤਸਰ ਜਾਂਦੇ ਹੋ ਉੱਥੇ ਵੀ ਇਹ ਗੱਲ ਪੁੱਛ ਲੈਣੀ। ਉਹ ਅੰਮ੍ਰਿਤਸਰ ਉਸ ਦਿਨ ਮੇਰੇ ਗੱਲ ਸੀਗੇ ਕਿ ਸਾਰੇ ਲੀਡਰ ਇੱਕ ਥਾਂ ਤੇ ਪਹੁੰਚ ਦੇਣੀ ਹੈ, ਬਾਕੀ ਇਹ ਪਟਿਆਲੇ ਵਾਲੇ ਸਾਰੇ ਲੀਡਰ ਪਹੁੰਚੇ। ਜਿਹੜਾ ਗਲਤੀ ਕਰ ਰਿਹਾ ਨੋਟਿਸ ਨਹੀਂ ਜਾਊਗਾ, ਕੱਢ ਕੇ ਬਾਹਰ ਮਾਰਾਂਗੇ। ਜਿਹੜਾ ਵੀ ਪਾਰਟੀ ਚ ਖਰਾਬੀ ਕਰੂਗਾ ਉਹਨੂੰ ਕੇਵਲ ਨੋਟਿਸ ਨਹੀਂ ਜਾਊਗਾ, ਬਾਹਰ ਵੀ ਕੱਢ। ਐਵਰੀਬਡੀ ਇਹ ਮੈਨੂੰ ਵੀ ਹੈ ਚੇਤਾਵਨੀ, ਅਗਰ ਮੈਂ ਕੁਛ ਗਲਤ ਕਰਾਂਗਾ, ਪਾਰਟੀ ਤੋਂ ਵੱਡਾ ਕੋਈ ਨਹੀਂ ਹੈ। ਜਿਹਨੇ ਆਪਦਾ ਕੰਮ ਚਲਾਉਣਾ ਉਹ ਕੱਲਾ ਬਿਨੇ ਪੰਜੇ ਦਾ ਨਿਸ਼ਾਨ ਲਾ ਕੇ ਚਲਾ ਲੇ, ਬਿਨਾਂ ਕਾਂਗਰਸ ਦੇ ਪਲੇਟਫਾਰਮ ਤੋਂ ਚਲਾ ਲੇ, ਕਿਸੇ ਨੇ ਵੀ ਚਲਾਉਣਾ। ਸੋ ਕਾਂਗਰਸ ਦੀ, ਖਰਗੇ ਸਾਹਿਬ ਨੇ ਆਦੇਸ਼ ਦਿੱਤੇ ਵੀ ਜਿੰਨਾ ਚਿਕਰ ਬੰਦਾ ਕਾਂਗਰਸ ਹੈ ਉਹ ਆਪਣੇ ਨਿੱਜੀ ਵਿਚਾਰ ਨਹੀਂ ਰੱਖ ਸਕਦਾ। ਜੇ ਨਿੱਜੀ ਵਿਚਾਰ ਰੱਖਣੇ ਆ ਕਿਸੇ ਵਿਅਕਤੀ ਨੇ ਤਾਂ ਉਹ ਕੱਲਾ ਮੰਚ ਤੇ ਚੜ ਕੇ ਆਪਦੇ ਨਿੱਜੀ ਵਿਚਾਰ ਰੱਖਦੇ, ਪਾਰਟੀ ਤੋਂ ਪਾਸੇ ਹੋ ਕੇ। ਮੈਂ ਕਿੱਦਾਂ, ਮੇਰੇ ਮਨ ਚ ਕਈ ਵਿਚਾਰ ਨੇ ਤੁਹਾਡੇ ਪ੍ਰਤੀ, ਪਰ ਮੈਂ ਬਤੌਰ ਪ੍ਰਧਾਨ ਪਲੇਟਫਾਰਮ ਤੇ ਹੀ ਗੱਲ ਕਰ ਸਕਦਾ, ਅੰਦਰ ਬੈਠ ਕੇ ਆਪਦੇ ਨਿੱਜੀ ਵਿਚਾਰਾਂ ਨੂੰ ਖਰਗੇ ਸਾਹਿਬ ਕੋਲ ਦੱਸ ਸਕਦਾ। ਯਾਰ ਫੈਸਲਾ ਕੋਈ ਰਹਿ ਗਿਆ ਪਰਨੀਤ ਕੌਰ ਜੀ ਨੂੰ ਸਸਪੈਂਡ ਕੀਤਾ ਪਿਆ, ਸਸਪੈਂਡ ਤੇ ਕੱਢਣ ਚ ਕੋਈ ਫਰਕ ਹੁੰਦਾ? ਆਲਰੇਡੀ ਫੈਸਲਾ ਹੈਗਾ, ਬਹੁਤ ਸਤਿਕਾਰਯੋਗ ਨੇ ਪਰਨੀਤ ਕੌਰ ਜੀ, ਤੁਸੀਂ ਜੋ ਪੁੱਛਣਾ ਚਾਹੁੰਦੇ ਹੋ, ਪਰਨੀਤ ਕੌਰ ਜੀ ਪਟਿਆਲਾ ਦੀ ਉਮੀਦਵਾਰ ਨਹੀਂ ਹੋਣਗੇ। ਇਹ ਤਾਂ ਦਿੱਲੀ ਵਾਲਿਆਂ ਨੇ ਫੈਸਲਾ ਕਰਨਾ ਕਿ ਕਾਹਦੀ, ਉਹ ਗੱਠਜੋੜ ਦੀ ਜਦੋਂ ਗੱਲ ਹੋਏਗੀ ਤੁਹਾਨੂੰ ਦੱਸਾਂਗੇ ਜਨਾਬ। ਲੇਕਿਨ ਕੌਣ ਫਰਦਰ ਉਸਕਾ ਨਯਾ ਕੈਂਡੀਡੇਟ ਕੌਣ ਰਹੇਗਾ, ਉਹ ਸਭੀ ਅਭੀ ਸਮੇਂ ਹੈ। ਔਰ ਕਹੀਂ ਨਾ ਕਹੀਂ ਇਸ ਚਰਚਾ ਕੇ ਦੌਰਾਨ ਜੋ ਹਮ ਬਾਤ ਕਰਨਾ ਚਾਹਤੇ ਹੈ ਉਹ ਸੰਗਠਨ ਕੋ ਕੈਸੇ ਮਜ਼ਬੂਤ ਕਰ ਸਕਤੇ ਹੈ ਔਰ ਚੁਣਾਵ ਕੇ ਆਗੇ ਕੀ ਤਿਆਰੀ ਕੈਸੇ ਕਰ ਸਕਤੇ ਹੈਂ, ਯੇ ਸਿਰਫ ਔਰ ਸਿਰਫ ਉਸੀ ਤੱਕ ਕੇਂਦ੍ਰਿਤ ਰਹੇਗਾ। ਕੱਲ ਰਾਹੁਲ ਗਾਂਧੀ ਨੂੰ ਮੰਦਿਰ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ, ਕਿਵੇਂ ਦੇਖਦੇ ਹੋ? ਇੱਕ ਪਾਸੇ ਮੰਦਿਰ ਦਾ ਉਦਘਾਟਨ ਸੀ, ਦੂਜੇ ਪਾਸੇ ਰਾਹੁਲ ਗਾਂਧੀ ਨੂੰ ਬਾਹਰ ਹੀ ਰੋਕ ਦਿੱਤਾ ਗਿਆ। ਸਰਾਸਰ ਜੈਸਾ ਹਮ ਪਹਿਲੇ ਵੀ ਕਹਿਤੇ ਆਏ, ਲੋਕਤੰਤਰ ਕੀ ਹੱਤਿਆ ਕੀ ਜਾ ਰਹੀ ਹੈ। ਇੱਕ ਵਿਅਕਤੀ ਕਾ ਹੱਕ ਹੋਤਾ ਹੈ ਔਰ ਖਾਸ ਤੌਰ ਪਰ ਜਬ ਉਸੇ ਇਨਵਾਈਟ ਕੀਆ ਗਿਆ ਹੈ, ਉਸਕੇ ਬਾਵਜੂਦ ਵੀ ਅਗਰ ਮੰਦਿਰ ਜੈਸੀ ਪਵਿੱਤਰ ਜਗ੍ਹਾ ਪੇ ਵੀ ਜਾਣੇ ਸੇ ਰੋਕਾ ਜਾ ਰਹਾ ਹੈ, ਤੋ ਕਹੀਂ ਨਾ ਕਹੀਂ ਇਸਮੇ ਜੋ ਹਮ ਰਾਜਨੀਤੀ ਕੀ ਭੂ ਪਹਿਲੇ ਸੇ ਦੇਖ ਰਹੇ ਥੇ ਵੋ ਸਾਹਮਣੇ ਆ ਗਈ ਹੈ।